अस्सलाम वालेकुम, क्या हाल है? उम्मीद है आप सब खैरियत से होंगे। आज है मेरा व्लॉग नंबर 2 और एक खूबसूरत सी शाम है। मौसम काफ़ी अच्छा है, तकरीबन 11 डिग्री टेम्परेचर है। धूप तो नहीं है लेकिन मौसम बहुत प्यारा है, बहुत ज़्यादा सर्दी भी नहीं है। तो हमने सोचा आज हम बच्चों को पार्क में लेके जाते हैं और आज हम स्टॉकवुड पार्क में आए हैं। ये भी यहाँ का एक बहुत ही खूबसूरत पार्क है, तो हमने सोचा साथ में आपको भी सैर करवाते हैं। यहाँ पे बच्चों का प्ले एरिया है और बच्चे खेल रहे हैं। मौसम अच्छा होता है जिस दिन, उस दिन फिर पार्क में भी रश हो जाता है, और जब सर्दी होती है, जिस दिन ज़्यादा सर्दी होगी उस दिन ये पार्क्स बिल्कुल खाली और वीरान नज़र आते हैं। आज तो ऐसे हवा चल रही है जैसे गर्मियों में शाम के वक्त अक्सर यहाँ पे ठंडी ठंडी हवा चलती है। ये भी काफ़ी बड़ा पार्क है। यहाँ पे इस साइड पे डिस्कवरी सेंटर है और बाकी यहाँ पे बच्चों का प्ले एरिया है। और वो दूसरी साइड है, वो काफ़ी खुली सी जगह है, वहाँ पे अक्सर मैचेस वगैरह खेल रहे होते हैं, एक्सरसाइज कर रहे होते हैं। सुबह के टाइम भी लोग, गर्मियों में ज़्यादा रश होता है, सर्दियों में तो कम ही, जिस दिन मौसम अच्छा होता है उस दिन काफ़ी रश होता है। फिर बच्चों को ऐसे झूले लेते देखते हैं तो यकीनन सबको अपना बचपन याद आ जाता है। यही उम्र होती है बेफिक्री की, जब कोई टेंशन नहीं होती, कोई मसला नहीं होता, कोई रोले नहीं होते, अपनी दुनिया में बिजी रहते हैं ये बच्चे। व्यू चेक करो कितना खूबसूरत लग रहा है। ਐਵੇਂ ਆਪਣੇ ਮੂੰਹ ਧਿਆਨ ਲੱਗੇ ਟੁਰੇ ਜਾਂਦੇ ਨੇ। ਇਹਨਾਂ ਨੂੰ ਬਸ ਝੂਲਿਆਂ ਦੀ ਪਈ ਹੁੰਦੀ ਹੈ ਕਿ ਸਾਨੂੰ ਪਾਰਕ ਦਾ ਮਤਲਬ ਹੈ ਬਸ ਝੂਲੇ। ਬਾਕੀ ਵੀ ਬਹੁਤ ਖੂਬਸੂਰਤ ਬਣੇ ਹੈ ਪਾਰਕ, ਲੇਕਿਨ ਜਿਹੜੀ ਇਹ ਵਾਲੀ ਜਗ੍ਹਾ ਹੈ ਨਾ, ਇਹ ਵਾਲਾ ਏਰੀਆ ਇਸ ਪਾਰਕ ਦਾ, ਇਹ ਮੈਨੂੰ ਬਹੁਤ ਖੂਬਸੂਰਤ ਲੱਗਦਾ ਹੈ। ਉਹ ਵੇਖੋ ਜੀ, ਉੱਤੇ ਐਰੋਪਲੇਨ ਵੀ ਜਾ ਰਿਹਾ ਹੈ, ਕਿਉਂਕਿ ਇੱਥੇ ਏਅਰਪੋਰਟ ਕਰੀਬ ਹੈ ਅਤੇ ਇੱਥੇ ਹਰ 5 ਮਿੰਟ ਬਾਅਦ ਇੱਕ ਜਹਾਜ਼ ਗੁਜ਼ਰਦਾ ਹੈ। ਇਹ ਵਾਲਾ ਜੋ ਏਰੀਆ ਇਸ ਪਾਰਕ ਦਾ, ਇਹ ਮੇਰਾ ਫੇਵਰੇਟ ਹੈ। ਚਲੇ ਆਪਕੋ ਯਹਾਂ ਸੇ ਵੀ ਦਿਖਾਤੇ ਹੈ, ਚਲੋ ਪਾਰਕ ਚਲੇ। ਪਾਰਕ ਮੇਂ ਆਏ ਤੋ ਹੋਏ, आराम से गिर जाओगे। इस मौसम में तो और ज़्यादा खूबसूरत लग रहा है। ये चेक कीजिए कितना खूबसूरत लग रहा है। ਇੱਥੇ ਤਾਂ ਮੈਨੂੰ
ਉਹ ਗਾਣਾ ਯਾਦ ਆ ਰਿਹਾ ਹੈ, ਪਰ ਉਸ ਨੂੰ ਮੈਂ ਆਪਣੇ ਲਫ਼ਜ਼ਾਂ ਵਿੱਚ ਬਿਆਨ ਕਰਾਂਗੀ। ਸ਼ਾਮ ਵੀ ਖੂਬ ਹੈ, ਸਾਥ ਬਚੂੰਗੜਾ ਪਾਰਟੀ ਵੀ ਹੈ, ਜ਼ਿੰਦਗੀ ਕੇ ਲੀਏ ਔਰ ਕਿਆ ਚਾਹੀਏ। ये देखे ना, इन्हां सारियां चीज़ां दी जिहड़ी ब्यूटी है ना, वह उन्हां लोगों ते डिपेंड करती है जिहड़े इन्हां नूं इन्हां जगह नूं मेनटेन रखते ने। ਅਤੇ ਇੱਥੇ ਖਾਸ ਤੌਰ 'ਤੇ ਇਹਨਾਂ ਮੁਲਕਾਂ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ ਕਿ ਹਰ ਇਲਾਕੇ ਵਿੱਚ ਇਸ ਤਰ੍ਹਾਂ ਦਾ ਪਾਰਕ ਹੋਵੇ, ਬੱਚਿਆਂ ਜਿੱਥੇ ਬੱਚੇ ਵੀ ਖੇਡਣ ਅਤੇ ਬਾਕੀ ਵੀ ਫੈਮਿਲੀ ਵੀ ਖਾਸ ਤੌਰ 'ਤੇ ਵੀਕੈਂਡ 'ਤੇ ਜਾ ਕੇ ਇੰਜੋਏ ਕਰੇ। ਜੋਗਿੰਗ ਵਾਸਤੇ ਅਤੇ ਵਾਕ ਵਾਸਤੇ ਹਰ ਏਰੀਆ ਵਿੱਚ ਇਸ ਤਰ੍ਹਾਂ ਦੀ ਜਗ੍ਹਾ ਹੁੰਦੀ ਹੈ। ਪਾਕਿਸਤਾਨ ਵਿੱਚ ਵੀ ਹੁਣ ਮੈਂ ਵੇਖਿਆ ਇਸ ਤਰ੍ਹਾਂ ਦੇ ਕੁਛ ਨਾ ਕੁਛ ਸ਼ਹਿਰਾਂ ਵਿੱਚ, ਖਾਸ ਤੌਰ 'ਤੇ ਵੱਡਿਆਂ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਕੁਛ ਪਾਰਕਸ, ਕੁਛ ਐਸੀ ਜਗ੍ਹਾ ਉਹਨਾਂ ਨੇ ਬਣਾਉਣੀਆਂ ਸ਼ੁਰੂ ਕੀਤੀਆਂ ਨੇ ਹੁਣ। ਗਰਮੀਆਂ ਵਿੱਚ ਤਾਂ ਅਕਸਰ ਆ ਜਾਈਦਾ ਅਸੀਂ ਤਾਂ ਇੱਥੇ ਅਕਸਰ ਚੀਜ਼ਾਂ ਵਗੈਰਾ ਬੱਚਿਆਂ ਦੀਆਂ ਖਾਣ ਪੀਣ ਦੀਆਂ ਲੈ ਕੇ ਅਤੇ ਪਿਕਨਿਕ ਵਾਸਤੇ ਆ ਜਾਂਦੇ ਹਾਂ, ਖਾਸ ਤੌਰ 'ਤੇ ਜਿਸ ਦਿਨ ਧੁੱਪ ਵਾਲਾ ਸੋਹਣਾ ਮੌਸਮ ਹੋਏ ਅਤੇ ਪਿਕਨਿਕ ਦਾ ਵੀ ਆਪਣਾ ਮਜ਼ਾ ਹੁੰਦਾ ਫਿਰ ਇਸ ਤਰ੍ਹਾਂ ਦੀ ਜਗ੍ਹਾ 'ਤੇ। ਤੁਸੀਂ ਨੋਟਿਸ ਕੀਤਾ ਹੋਏਗਾ ਹਾਲੇ ਵੀ ਕਿਧਰੇ ਕਿਧਰੇ ਨਾ ਥੋੜ੍ਹੀ ਜਿਹੀ ਮੈਂ ਅੜ ਜਾਂਦੀ ਹਾਂ ਪੰਜਾਬੀ ਵਿੱਚ, ਅਤੇ ਕੋਸ਼ਿਸ਼ ਕਰਾਂਗੀ ਜੇ ਬੋਲਦੀ ਰਹੀ ਅਤੇ ਨਾਲ ਨਾਲ ਫਿਰ ਪੋਲਿਸ਼ ਹੋ ਜਾ ਸੀ। ਜਿੱਥੇ ਗਲਤ ਬੋਲਣੀ ਆ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਫਿਰ। ਐਸੀ ਜਗ੍ਹਾ ਕੋ ਦੇਖ ਕੇ ਤੋ ਖਿਆਲ ਆਤਾ ਹੈ ਕਿ ਅਗਰ ਇਨਸਾਨ ਕੀ ਬਣਾਈ ਹੋਈ ਔਰ ਮੇਨਟੇਨ ਕੀ ਹੋਈ ਜਗ੍ਹਾ ਇਤਨੀ ਖੂਬਸੂਰਤ ਹੋ ਸਕਤੀ ਹੈ, ਤੋ ਅੱਲਾਹ ਕੀ ਬਣਾਈ ਹੋਈ ਜਿਸ ਜੰਨਤ ਵੋ ਕਿਤਨੀ ਖੂਬਸੂਰਤ ਹੋਗੀ। ਯੇ ਹਮ ਆ ਗਏ ਹੈ ਪਾਰਕ ਕੀ ਦੂਸਰੀ ਸਾਈਡ ਪੇ। ਯਹਾਂ ਪੇ ਗਰਮੀਓ ਮੇ ਕਾਫੀ ਜ਼ਿਆਦਾ ਰਸ਼ ਹੋਤੇ, ਯਹਾਂ ਪੇ ਜਗ੍ਹਾ ਜਗ੍ਹਾ ਪੇ ਲੋਗੋ ਨੇ ਆਪਣੇ ਬੋਰੀਏ ਬਿਸਤਰੇ ਚੁੱਕੇ ਹੁੰਦੇ ਨੇ ਅਤੇ ਬੈਠੇ ਹੁੰਦੇ ਨੇ ਅਤੇ ਨਾਲ ਖਾਣ ਪੀਣ ਦਾ ਸਮਾਨ ਲਿਆਏ ਹੁੰਦੇ ਨੇ ਅਤੇ ਬਾਰਬੀਕਿਊ ਵੀ ਕਰੇ ਹੁੰਦੇ ਨੇ ਅਤੇ ਪਿਕਨਿਕ ਮਨਾ ਰਹੇ ਹੁੰਦੇ ਨੇ। ਐ ਵੇਖੋ ਕਿੱਡਾ ਵੱਡਾ ਦਰਖਤ ਹੈ, ਪਤਾ ਨਹੀਂ ਕਿਹੜੇ ਜ਼ਮਾਨੇ ਦਾ ਹੋਵੇਗਾ। ਬਹੁਤ ਪੁਰਾਣੇ ਪੁਰਾਣੇ ਦਰਖਤ ਲੱਗ ਰਹੇ ਨੇ, ਜਿੰਨਾ ਇਹਨਾਂ ਦਾ ਸਾਈਜ਼ ਹੈ ਨਾ। ਇਹ ਤਾਂ ਵੋ ਹੈ, ਵੋ ਆਪਣੇ ਸੁਣਾ ਹੋਗਾ, ਲੱਕੜੀ ਕੀ ਕਾਠੀ, ਕਾਠੀ ਕਾਠੀ ਪੇ ਘੋੜਾ। ਕਾਫੀ ਵੱਡਾ ਜਿਹਾ ਬਣਿਆ ਜੇ ਗਰਾਊਂਡ, ਅਤੇ ਉਹ ਵੇਖੋ ਸਨਸੈਟ, ਚਲੋ ਤੁਹਾਨੂੰ ਸਨਸੈਟ ਵੀ ਵਿਖਾ ਦਿੰਦੇ ਹਾਂ। ਅਤੇ ਗਰਮੀਆਂ ਵਿੱਚ ਨਾ ਇੱਥੇ ਕਾਫੀ ਸਾਰੇ ਇਵੈਂਟਸ ਹੁੰਦੇ ਨੇ, ਇੱਕ ਬਹੁਤ ਹੀ ਫੇਮਸ ਇੱਥੇ ਹੁੰਦਾ ਜੇ ਕਾਰ ਸ਼ੋ, ਅਤੇ ਉੱਥੇ ਕਾਫੀ ਪੁਰਾਣੀਆਂ ਪੁਰਾਣੀਆਂ ਅਤੇ ਕਾਫੀ ਪਿਆਰੀਆਂ ਅਤੇ ਡਿਫਰੈਂਟ ਡਿਫਰੈਂਟ ਜਿਹੀਆਂ ਗੱਡੀਆਂ ਹੁੰਦੀਆਂ ਨੇ, ਅਤੇ ਲੋਕ ਆਪਣੇ ਗੱਡੀਆਂ ਜਿਹੜੇ ਸ਼ੌਕੀਨ ਹੁੰਦੇ ਨੇ ਇਸ ਤਰ੍ਹਾਂ ਦੀ ਗੱਡੀਆਂ ਦੇ ਉਹ ਲੈ ਕੇ ਆਉਂਦੇ ਨੇ, ਅਤੇ ਇੱਥੇ ਬਹੁਤ ਬੜਾ ਸ਼ੋ ਹੁੰਦਾ ਹੈ ਕਾਰਸ ਦਾ। ਅਤੇ ਨਾਲ ਇੱਥੇ ਕਦੀ ਸਰਕਸ ਹੁੰਦੀ ਹੈ, ਅਤੇ ਜਦੋਂ ਈਦ ਆਉਂਦੀ ਹੈ ਅਤੇ ਈਦ ਮੇਲਾ ਵੀ ਆਉਂਦਾ ਇੱਥੇ, ਅਤੇ ਕਾਫੀ ਸਾਰਾ ਕੁਝ ਇਸ ਗਰਾਊਂਡ ਵਿੱਚ ਕਾਫੀ ਕੁਝ ਆਉਂਦਾ ਜੀ, ਖਾਸ ਤੌਰ 'ਤੇ ਗਰਮੀਆਂ 'ਤੇ, ਗਰਮੀਆਂ 'ਚ ਜੇ ਤੁਸੀਂ ਆਉਂਦੇ ਹੋ ਨਾ। ਬੱਚਿਆਂ ਨੇ ਕਾਫੀ ਖੇਡ ਲਿਆ, ਕਾਫੀ ਇੰਜੋਏ ਕਰ ਲਿਆ, ਘਰ ਜਾਂਗੇ ਵਾਪਸ ਕਿਉਂਕਿ ਹੁਣ ਮਗਰਿਬ ਦਾ ਟਾਈਮ ਵੀ ਹੋ ਰਿਹਾ, ਅਤੇ ਥੋੜ੍ਹੀ ਦੇਰ ਵਿੱਚ ਨਾ ਇੱਥੇ ਹੁਣ ਅੰਧੇਰਾ ਵੀ ਪੈ ਜਾਏਗਾ, ਅਤੇ ਉਮੀਦ ਹੈ ਤੁਹਾਨੂੰ ਇਹ ਪਾਰਕ ਵੀ ਪਸੰਦ ਆਇਆ ਹੋਏਗਾ।
भी मज़ा आया होएगा। तो फिर मिलेंगे नेक्स्ट ब्लॉग में। अपना बहुत सारा ख्याल रखियो। अल्लाह हाफिज़ ते अल्लाह के हवाले।